ਇਥੇ ਉੱਚ-ਨੀਚ ਨਾ ਜਾਤ-ਪਾਤ ਇਥੇ ਸਭ ਦਾ ਸਾਂਝਾ ਚੁੱਲ੍ਹਾ ਏ ਜ਼ਰਾ ਗੌਰ ਕਰੋ ਦਰਬਾਰ ਸਾਹਿਬ ਚਾਰੇ ਪਾਸਿਓਂ ਖੁੱਲਾ ਏ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਸਾਰੇ ਤਰਮਾਂ ਲਈ ਖੁੱਲੇ ਆ ਮਗਰ ਸ਼ਰਤ ਇੱਕ ਹੈ ਕਿ ਥੋਦੀ ਮਰਿਆਦਾ ਤੇ ਉਸ ਮਰਿਆਦਾ ਨੂੰ ਫਾਲੋ ਕਰਨਾ ਜਿਵੇਂ ਸਕੂਲ ਦੇ ਵਿੱਚ ਟੀਚਰ ਜਦੋਂ ਪੜਾਉਂਦੀ ਹੈ ਤੇ ਐਟ ਟਾਈਮ ਇੱਕ ਸਬਜੈਕਟ ਪੜਾਉਂਦੀ ਹੈ ਤੇ ਜੇ ਕੋਈ ਸਟੂਡੈਂਟ ਕਵੇ ਕਿ ਮੈਂ ਕੁਝ ਹੋਰ ਪੜ੍ਹਨਾ ਹੈ ਤਾਂ ਟੀਚਰ ਜਾਂ ਤਾਂ ਮਨਾ ਕਰ ਦਿੰਦੀ ਹੈ ਜਾਂ ਕਹਿੰਦੀ ਤੂੰ ਸਾਈਡ ਤੇ ਬੈਠ ਕੇ ਪੜੀ ਚੱਲ ਜਿਹਦੇ ਨਾਲ ਕੋਈ ਹੋਰ ਜਾਨਾ ਡਿਸਟਰਬ ਨਾ ਹੋਵੇ ਪਰ ਜੇ ਉਹ ਕਵੇ ਮੈਂ ਭੰਗੜਾ ਪਾਉਣਾ ਹੈ ਮੈਂ ਡਾਂਸ ਪ੍ਰੈਕਟਿਸ ਕਰਨੀ ਹੈ ਮੈਂ 뮤ਜ਼ਿਕ ਪ੍ਰੈਕਟਿਸ ਕਰਨੀ ਹੈ ਮੈਂ ਐਕਸਰਸਾਈਜ਼ ਕਰਨੀ ਹੈ ਤਾਂ ਟੀਚਰ ਨੇ ਕਹਣਾ ਮੇਰੀ ਕਲਾਸ ਦੇ ਵਿੱਚ ਅਲਾਉਡ ਨਹੀਂ ਆ ਬਾਹਰ ਜਾ ਕੇ ਕਰ ਲੈ ਜਾਂ ਇਸ ਪੀਰੀਅਡ ਤੋਂ ਬਾਅਦ ਕਰ ਲਈ ਉਦਾਂ ਹੀ ਧਾਰਮਿਕ ਸਥਾਨਾਂ ਦੀ ਮਰਿਆਦਾ ਹੈ ਇੱਥੇ ਸਿਰਫ ਨਾਮ ਜਪਣਾ ਸੇਵਾ ਕਰਨੀ ਅਲਾਉਡ ਹੈ ਤੇ ਜੇ ਇਸ ਤੋਂ ਇਲਾਵਾ ਕੁਝ ਹੋਰ ਕਰਨਾ ਹੈ ਤੇ ਉਹ ਅਲਾਉਡ ਨਹੀਂ ਹੈ ਤੁਸੀਂ ਉੱਥੇ ਜਾ ਕੇ ਡਾਂਸ ਵੀਡੀਓਜ਼ ਬਣਾਉਣ ਲੱਗ ਜਾਓ ਤੁਸੀਂ ਟੈਟੂ ਲਾ ਕੇ ਚੱਲ ਜਾਓ ਤੁਸੀਂ ਯੋਗਾ ਕਰਨ ਲੱਗ ਜਾਓ ਉਹਦੇ ਨਾਲ ਬਾਕੀ ਜਾਣੇ ਜਿਹੜੇ ਨਾਮ ਜਪ ਰਹੇ ਸੇਵਾ ਕਰ ਰਹੇ ਉਹਨਾਂ ਦਾ ਧਿਆਨ ਭੰਗ ਹੁੰਦਾ ਉਹਨਾਂ ਦੀ ਭਗਤੀ ਭੰਗ ਹੁੰਦੀ ਹੈ ਇਸ ਕਰਕੇ ਇਹ ਚੀਜ਼ਾਂ ਉੱਥੇ ਅਲਾਉਡ ਨਹੀਂ ਹੈ ਤੇ ਉਹਦੀ ਰਿਸਪੈਕਟ ਕਰਨੀ ਚਾਹੀਦੀ ਤੁਹਾਨੂੰ ਹੁਣ ਸੋਸ਼ਲ ਮੀਡੀਆ ਤੇ ਕਹੀ ਜਾ ਰਹੀ ਜੇ ਨਮਾਜ਼ ਪੜ੍ਹਨੀ ਹੈ ਅਲਾਉਡ ਹੈ ਤੇ ਯੋਗਾ ਕਿਉਂ ਨਹੀਂ ਨਮਾਜ਼ ਪੜ੍ਹ ਰਿਹਾ ਕੋਈ ਉਹ ਰੱਬ ਨੂੰ ਧਿਆ ਰਿਆ ਤੁਸੀਂ ਰਾਮ ਰਾਮ ਕਰ ਲਓ ਤੁਸੀਂ ਰੁਮਾਨ ਪੜ੍ਹ ਲਓ ਤੁਸੀਂ ਕੁਝ ਵੀ ਕਰ ਲਓ ਐਡੀ ਵੱਡੀ ਪ੍ਰਕਰਮਾ ਤੁਸੀਂ ਕਿਤੇ ਬੈਠ ਕੇ ਆਪਣੇ ਰੱਬ ਨੂੰ ਜਿੰਨੂੰ ਵੀ ਮੰਨਦੇ ਹੋ ਤੁਸੀਂ ਉਹਨੂੰ ਧਿਆ ਲਓ ਸ਼ਰਤ ਇੱਕੋ ਹੀ ਹੈ ਬਾਕੀ ਜਾਨੇ ਡਿਸਟਰਬ ਨਹੀਂ ਹੋਣੇ ਚਾਹੀਦੇ ਤੁਸੀਂ ਕਰੀ ਚੱਲੋ ਜਦੋਂ ਕੋਈ ਤੁਹਾਡੀ ਉਸ ਚੀਜ਼ ਦੇ ਨਾਲ ਬਾਕੀ ਜਾਨੇ ਡਿਸਟਰਬ ਹੋ ਰਿਹਾ ਹੈ ਬਾਕੀਆਂ ਦਾ ਧਿਆਨ ਭੰਗ ਹੋ ਰਿਹਾ ਤੁਹਾਨੂੰ ਰੋਕਿਆ ਜਾਏਗਾ ਉਥੋਂ ਦੀ ਮਰਿਆਦਾ ਨੂੰ ਮੰਨਣ ਦੀ ਜਗ੍ਹਾ ਤੁਸੀਂ ਇਹ ਕਹਿਣ ਲੱਗ ਜਓ ਕਿ ਇਹ ਦੇਸ਼ਵਰੋਧੀ ਨੇ ਇਹ ਕੱਟੜਪੰਥੀ ਨੇ ਇਹ ਫਲਾਣੇ ਇਹ ਧਮਕਾਣੇ ਆ ਤਾਂ ਇਹ ਗਲਤ ਹੈ ਨਫਰਤ ਸਪਰੈਡ ਕਰਨ ਦੀ ਜਗ੍ਹਾ ਸਾਨੂੰ ਪਿਆਰ ਸਪਰੈਡ ਕਰਨਾ ਚਾਹੀਦਾ ਕਿਉਂਕਿ ਜਿਹੜੇ ਲੋਕ ਮੱਥਾ ਟੇਕਣ ਆਉਂਦੇ ਆ ਰੱਬ ਨੂੰ ਮਿਲਣ ਆਉਂਦੇ ਆ ਉਹ ਰੱਬ ਨੂੰ ਮਿਲ ਕੇ ਜਾਂਦੇ ਆ ਕੱਲੀਆਂ ਫੋਟੋਆਂ ਲੈ ਕੇ ਨਹੀਂ ਚੱਲ ਜਾਂਦੇ